ਤਸਵੀਰਾਂ ਵਿਖਾਵਾਂਗੇ ਤੁਹਾਨੂੰ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਦੇ ਵਿੱਚੋਂ ਤਿੰਨ ਪੁੱਤਰਾਂ ਦੀ ਮੌਤ ਹੋ ਜਾਂਦੀ ਆ ਅਤੇ ਚੌਥੇ ਪੁੱਤਰ ਜਿਹੜਾ ਕਿ ਜਨਮ ਲੈਂਦਾ ਉਹ ਵੀ ਜਿਹੜਾ ਕਿ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਚੰਗਦਾ ਅਤੇ ਨਾ ਹੀ ਚੰਗੀ ਤਰ੍ਹਾਂ ਜਿਹੜਾ ਕਿ ਬੋਲ ਸਕਦਾ। ਵੀ ਮਹਾਰਾਜ ਪੜ੍ਹਦਾ ਹੀ ਬਾਦੇ ਜਿੱਥੇ ਉਹ ਪੁੱਤ ਗਏ ਆ ਤਾਂ ਫਿਰ ਇੱਥੇ ਪੜ੍ਹਦਾ ਬਾਦੇ ਅਸੀਂ ਤਾਂ ਬਹੁਤ ਪਰੇਸ਼ਾਨ ਹਾਂ, ਘਰ ਦਾ ਖਰਚਾ ਨਹੀਂ ਚਲਾ ਸਕਦੇ, ਦਾਰੂ ਦਵਾਈ ਕਿੱਦਾਂ ਕਰਾਵਾਂ। ਇੱਕ ਸਾਲ ਦਸ ਦਿਨ ਦਾ ਅਸੀਂ ਡੇਰੇ ਸਾਹਿਬ ਚੱਲੇ ਹਾਂ, ਬੀੜ ਵੀ ਠਾਣੇ ਲਾ ਕੇ ਐਕਸੀਡੈਂਟ ਹੋ ਗਿਆ, ਸਾਡਾ ਬੱਚਾ ਹੱਥੋਂ ਛੁੱਟ ਗਿਆ ਘਰ ਦੀ, ਉਹ ਕਦੇ ਅੰਦਰ ਸੱਟ ਲੱਗ ਗਈ ਉਹਦੇ। ਉਸ ਤੋਂ ਬਾਅਦ 8 ਦਿਨ ਬਾਅਦ ਪੂਰਾ ਹੋ ਗਿਆ। ਜੋ 6 ਸਾਲ ਦਾ ਆ, 6 ਸਾਲ ਤੋਂ ਡਾਕਟਰ ਮਨੀਸ ਹੈ ਹੋਟੀਆਂ ਹਸਪਤਾਲ ਦਾਖਲ ਸੀ, ਉਹਨਾਂ ਨੇ ਕਿਹਾ ਵੀ ਇਹ ਬੱਚਾ ਤੇਰਾ 6 ਸਾਲ ਦਾ ਹੋ ਕੇ ਪੂਰਾ ਜਾਣਾ, ਤੂੰ ਇੰਨਾ ਪੈਸਾ ਨਾ ਲਾਈ ਜਾ। ਸਾਨੂੰ ਅੱਧੀ ਰਾਤ ਨੀਂਦ ਨਹੀਂ ਆਉਂਦੀ, ਜਦੋਂ ਰੋਂਦਾ ਦਰਦ ਬਹੁਤ ਹੁੰਦੀ ਆ, ਪੇਟ ਐਂ ਫੁੱਲ ਜਾਂਦਾ ਜਿੰਨਾ ਪਕਾਨਾ ਹੁੰਦਾ ਹੈ। ਇਹ ਡਾਕਟਰ ਨੂੰ ਦਿਖਾਇਆ ਵੀ ਬੱਚਾ ਕਿਉਂ ਨਹੀਂ ਤੁਰਦਾ, ਅਸੀਂ ਕਿਹਾ ਚਲੋ ਕਮਜ਼ੋਰੀ ਹੋਊਗੀ, ਅਸੀਂ ਕਿਹਾ ਦੱਸੋ ਕੋਈ ਪੋਲੀਆ ਤਾਂ ਨਹੀਂ, ਕਹਿੰਦੇ ਨਹੀਂ ਪੋਲੀਆ ਨਹੀਂ ਆ, ਸਾਰੇ ਟੀਕੇ ਵੀ ਲਵਾਏ ਹੋਏ ਆ, ਕਹਿੰਦੇ ਪੋਲੀਆ ਨਹੀਂ ਹੈਗਾ, ਇਹਦੀ ਨਾੜ ਬਲੌਕ ਹੋ ਗਈ ਦਿਮਾਗ। ਠੀਕ ਠਾਕ ਜੇ ਦਵਾਈ ਖਾਂਦੇ ਜੀ? ਖਾਂਦੇ ਆ। ਕਿੱਥੇ ਦਰਦ ਕਿੱਥੇ ਹੁੰਦੀ ਆ? ਸੋਚਦੇ ਅਸੀਂ ਕਿਹੜਾ ਪਾਪ ਕੀਤਾ, ਅਸੀਂ ਆਪ ਜਾ ਕੇ ਉੱਥੇ ਅਰਦਾਸਾਂ ਕਰਦੇ, ਮਹਾਰਾਜ ਕੀ ਗੱਲ ਹੈ, ਸਾਡੇ ਕੋਲ ਕਿਹੜੀ ਭੁੱਲਣਾ ਹੋ ਗਈ। ਵੀ ਡਾਕਟਰ ਕੀ ਦੱਸਦੇ ਨੇ ਵੀ ਇਹ ਠੀਕ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿੰਨਾ ਕੁ ਪੈਸਾ ਹੋਰ ਲੱਗਣਾ ਵਾ, ਕੋਈ ਡਾਕਟਰ ਦੱਸਿਆ ਇਹਦੇ ਬਾਰੇ? ਡਾਕਟਰ ਕਹਿੰਦੇ ਜੀ ਤੁਸੀਂ ਇੰਨੇ ਪੈਸੇ ਲਾ ਨਹੀਂ ਸਕਦੇ ਜਿੰਨੇ ਲੱਗਣੇ, ਇੱਥੇ ਬੇਨਤੀ ਜਾਵਾਂਗੇ ਸਾਡੀ ਮਦਦ ਕੀਤੀ ਜਾਵੇ, ਸਾਡਾ ਬੱਚਾ ਠੀਕ ਹੋ ਜਾਵੇ। ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਦਾ ਸਰਕਲ ਚਲਾਉਂਦੇ ਹਾਂ, ਕਿਰਾਇਆ ਦਿੰਦੇ ਹਾਂ, ਕਿਰਾਏ 'ਤੇ ਰਹਿੰਦੇ ਹਾਂ, ਪਹਿਲੇ ਮਿਹਨਤ ਮਜ਼ਦੂਰੀ ਕਰਦੇ ਹਾਂ, ਬਾਅਦ ਕਰਜ਼ਾ ਚੁੱਕ ਕੇ ਅਸੀਂ ਰੇਹੜੀ ਲਾਈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਦੇ ਵਿੱਚੋਂ ਤਿੰਨ ਪੁੱਤਰਾਂ ਦੀ ਮੌਤ ਹੋ ਜਾਂਦੀ ਆ ਅਤੇ ਚੌਥੇ ਪੁੱਤਰ ਜਿਹੜਾ ਕਿ ਜਨਮ ਲੈਂਦਾ ਉਹ ਵੀ ਜਿਹੜਾ ਕਿ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਚੰਗਦਾ ਅਤੇ ਨਾ ਹੀ ਚੰਗੀ ਤਰ੍ਹਾਂ ਜਿਹੜਾ ਕਿ ਬੋਲ ਸਕਦਾ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ, ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਪਿੰਡ ਸੁਲਤਾਨਪਿੰਡ ਦੀਆਂ ਅਤੇ ਬਦਨਸੀਬ ਮੈਂ ਕਹਿ ਸਕਦਾ ਵੀ ਜਿਹੜੇ ਮਾਂ ਬਾਪ ਨੇ ਜਿਨ੍ਹਾਂ ਦੇ ਤਿੰਨ ਪੁੱਤਰ ਹੋਏ ਅਤੇ ਤਿੰਨੇ ਜਿਹੜੇ ਦੁਨੀਆਂ 'ਤੇ ਚੱਲ ਵਸੇ। ਅਸੀਂ ਦੇਖਿਆ ਧੀਆਂ ਪੁੱਤਰਾਂ ਲਈ ਥਾਂ ਥਾਂ 'ਤੇ ਜਾ ਕੇ ਮੱਥੇ ਟੇਕੇ ਜਾਂਦੇ ਨੇ, ਅਰਦਾਸਾਂ ਬੇਨਤੀ ਕੀਤੀ ਜਾਂਦੀ ਵੀ ਪਰਮਾਤਮਾ ਸਾਨੂੰ ਪੁੱਤਰ ਦੀ ਦਾਤ ਬਖਸ਼। ਪਰ ਅਜਿਹੇ ਮਾਂ ਬਾਪ ਨੇ ਜਿਨ੍ਹਾਂ ਨੇ ਪਰਮਾਤਮਾ ਨੇ ਪੁੱਤਰ ਦਿੱਤੇ ਪਰ ਤਿੰਨੇ ਪੁੱਤਰ ਜਿਹੜੇ ਨੇ ਫਿਰ ਵਾਪਸ ਬੁਲਾ ਲਏ ਅਤੇ ਉਸ ਤੋਂ ਬਾਅਦ ਚੌਥਾ ਪੁੱਤਰ ਨੇ ਜਨਮ ਲਿਆ ਜਿਹੜਾ ਕਿ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦਾ ਅਤੇ ਨਾ ਹੀ ਜਿਹੜਾ ਬੋਲ ਸਕਦਾ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ, ਇਹ ਹਾਲਾਤ ਨੇ ਉਸ ਪੁੱਤਰ ਦੇ ਜਿਹੜਾ ਕਿ ਜਿਸ ਨੂੰ ਇੱਕ ਭਿਆਨਕ ਬਿਮਾਰੀ ਨੇ ਜਿਹੜਾ ਕਿ ਜਕੜ ਲਿਆ ਵਾ ਅਤੇ ਉਸ ਤੋਂ ਬਾਅਦ ਨਾ ਤਾਂ ਚੰਗੀ ਤਰ੍ਹਾਂ ਚੱਲ ਫਿਰ ਸਕਦਾ ਅਤੇ ਨਾ ਹੀ ਇਹ ਚੰਗੀ ਤਰ੍ਹਾਂ ਤੁਰ ਫਿਰ ਸਕਦਾ ਵਾ। ਗੱਲਬਾਤ ਵੀ ਕਰਾਂਗੇ ਰਾਜੂ ਦੇ ਨਾਲ ਵੀ। ਰਾਜੂ ਜੀ, ਮੈਨੂੰ ਦੱਸੋ ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਪਹਿਲੇ ਪੁੱਤਰ ਦੀ ਕਿਸ ਤਰ੍ਹਾਂ ਮੌਤ ਹੋਈ, ਦਰਸ਼ਕਾਂ ਜ਼ਰੂਰ ਸਾਂਝਾ ਕਰ ਦਿਓ, ਕੀ ਉਮਰ ਸੀ ਅਤੇ ਕੀ ਨਾਂ ਸੀ ਬੱਚੇ ਦਾ? ਇੱਕ ਤਾਂ ਲਵ ਜੀ,
ਇੱਕ ਸਾਲ ਦਸ ਦਿਨ ਦਾ ਅਸੀਂ ਡੇਰੇ ਸਾਹਿਬ ਚੱਲੇ ਹਾਂ, ਬੀੜ ਵੀ ਠਾਣੇ ਲਾ ਕੇ ਐਕਸੀਡੈਂਟ ਹੋ ਗਿਆ ਸਾਡਾ, ਬੱਚਾ ਹੱਥੋਂ ਛੁੱਟ ਗਿਆ ਘਰ ਦੀ, ਉਹ ਕਦੇ ਅੰਦਰ ਸੱਟ ਲੱਗ ਗਈ ਉਹਦੇ, ਉਸ ਤੋਂ ਬਾਅਦ 8 ਦਿਨ ਬਾਅਦ ਪੂਰਾ ਹੋ ਗਿਆ। ਹਾਂਜੀ, ਉਸ ਤੋਂ ਬਾਅਦ ਦੂਜਾ ਬੱਚਾ ਹੋਇਆ ਲਵਪ੍ਰੀਤ ਸਿੰਘ। ਤੁਨ ਉਹ ਜਾਂਦੇ ਰਹੇ ਅਸੀਂ ਉਤਰਾ ਡੇਰੇ ਸਾਹਿਬ ਵੀ ਜਾਂਦੇ ਰਹੇ ਹਾਂ, ਲੇਕਿਨ ਜੋ 6 ਸਾਲ ਦਾ ਆ, 6 ਸਾਲ ਤੋਂ ਡਾਕਟਰ ਮਨੀਸ਼ ਸਾਹਿਬ ਹੋਟੀਆਂ ਹਸਪਤਾਲ ਦਾਖਲ ਸੀ, ਉਹਨਾਂ ਨੇ ਕਿਹਾ ਵੀ ਇਹ ਬੱਚਾ ਤੇਰਾ 6 ਸਾਲ ਦਾ ਹੋ ਕੇ ਪੂਰਾ ਹੋ ਜਾਣਾ, ਤੂੰ ਇੰਨਾ ਪੈਸਾ ਨਾ ਲਾਈ ਜਾ। ਜੋ ਪਹਿਲਾਂ ਤੁਸੀਂ ਡਾਕਟਰ ਕਿਉਂ ਦੱਸਦੇ ਵੀ 6 ਸਾਲ ਬਾਅਦ ਪੂਰਾ ਹੋ ਜਾਣਾ, ਕੀ ਮੁਸ਼ਕਲ ਕੀ ਪ੍ਰੋਬਲਮ ਕੀ ਆ ਰਹੀ? ਧੜ ਰੁਕ ਗਿਆ ਸਰ, ਥੋੜ੍ਹਾ ਧੜ ਰੁਕ ਗਿਆ ਸਰ। ਕਿੰਨੇ ਚਿਰ ਬਾਅਦ ਧੜ ਰੁਕ ਗਿਆ? ਧੜ ਜੋ 1.5 ਸਾਲ ਦਾ ਆਇਆ ਨਾ, ਉਦੋਂ ਜਦ ਧੜ ਰੁਕ ਗਿਆ। ਤੀਸਰਾ ਬੱਚਾ? ਤੀਸਰੇ ਬੱਚੇ ਦਾ ਉਹ ਦੂਜਾ ਹੋ ਗਿਆ, 7ਵਾਂ ਹੋ ਗਿਆ। ਰਾਜੂ ਜੀ, ਕਿਸ ਤਰ੍ਹਾਂ ਦੇਖਦੇ ਹੋ, ਰੱਬ ਨੇ 3-3 ਪੁੱਤਰ ਦਿੱਤੇ ਅਤੇ 3-3 ਪੁੱਤਰ ਦੇਣ ਤੋਂ ਬਾਅਦ ਫਿਰ ਵਾਪਸ ਬੁਲਾ ਲਏ, ਅਤੇ ਉਸ ਮਾਂ ਬਾਪ 'ਤੇ ਕੀ ਬੀਤਦੀ ਹੋਊਗੀ ਤੁਹਾਡਾ, ਜਦੋਂ ਕਿਤੇ ਪੁੱਤਰਾਂ ਦੀ ਯਾਦ ਆਉਂਦੀ ਆ ਤੁਹਾਡੇ ਦਿਲ 'ਤੇ ਕੀ ਬੀਤਦੀ ਆ? ਬੀਤਦੀ ਮਾਰ ਬਹੁਤ ਰੋਣਾ ਆਉਂਦਾ, ਚਾਹੇ ਤਾਂ ਮਹਾਰਾਜ ਦਿੰਦਾ ਨਾ, ਹੁਣ ਅਸੀਂ ਇਹ ਵੀ ਇੰਨਾ ਇਲਾਜ ਕਰਾਇਆ ਵਾ ਠੀਕ ਨਹੀਂ ਹੁੰਦਾ, ਕੋਈ ਹੈਲਪ ਨਹੀਂ ਕਰਦਾ ਸਾਡੀ, ਅਸੀਂ ਬੜੇ ਪਰੇਸ਼ਾਨ ਹੈਗੇ ਹਾਂ। ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਦਾ ਸਰਕਲ ਚਲਾਉਂਦੇ ਹਾਂ, ਕਿਰਾਇਆ ਦਿੰਦੇ ਹਾਂ, ਕਿਰਾਏ 'ਤੇ ਰਹਿੰਦੇ ਹਾਂ, ਪਹਿਲੇ ਮਿਹਨਤ ਮਜ਼ਦੂਰੀ ਕਰਦੇ ਹਾਂ, ਬਾਅਦ ਕਰਜ਼ਾ ਚੁੱਕ ਕੇ ਅਸੀਂ ਰੇਹੜੀ ਲਾਈ, ਉਸ ਤੋਂ ਬਾਅਦ ਚਲੋ ਆਪਣੇ ਘਰ ਦਾ ਸਰਕਲ ਚੱਲਣ ਡਿਆ ਮਾੜਾ ਮੋਟਾ, ਚਲੋ ਲੈਣ ਦੇਣ ਵੀ ਚੱਲਦਾ ਵਾ, ਜੇ ਕਿਸੇ ਕੋਲ ਵਿਆਜੀ ਫੜਦੇ ਉਹ ਵੀ ਦੇਣੇ ਪੈਂਦੇ ਆ। ਮੈਨੂੰ ਇਹ ਸੋ ਵੀ ਹੁਣ ਜਿਹੜਾ ਚੌਥਾ ਪੁੱਤਰ ਹੋਇਆ ਇਹ ਵੀ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦਾ, ਨਾ ਹੀ ਉੱਠ ਕੇ ਬਹਿ ਸਕਦਾ, ਅਤੇ ਇਹਦੇ ਵਾਲ ਵੇਖ ਕੇ ਕਿੰਨਾ ਕੁ ਦੁੱਖ ਲੱਗਦਾ, ਜੇਕਰ ਰੱਬ ਨੇ ਲਾ ਦਿੱਤੀ ਆ ਤਾਂ ਉਹ ਵੀ ਜਿਹੜੀ ਆ ਪੂਰੀ ਠੀਕ ਨਹੀਂ ਆ। ਹਾਂਜੀ, ਪਛਾਣ ਤਾਂ ਬਹੁਤ ਆ ਇਹਦੇ ਬਦਲੀ, ਸਾਨੂੰ ਅੱਧੀ ਰਾਤ ਨੀਂਦ ਨਹੀਂ ਆਉਂਦੀ, ਜੋ ਰੋਂਦਾ ਦਰਦ ਬਹੁਤ ਹੁੰਦੀ ਆ, ਪੇਟ ਐਂ ਫੁੱਲ ਜਾਂਦਾ ਜਿੰਨਾ ਪਕਾਨਾ ਹੁੰਦਾ ਹੈ। ਰਾਜੂ ਜੀ, ਡਾਕਟਰ ਦੱਸਦੇ ਕੀ ਨੇ ਵੀ ਹੋਇਆ ਕੀ ਹੈ ਪੁੱਤਰ ਨੂੰ, ਇਹ ਜਮਾਂਦੂ ਇਸੇ ਤਰ੍ਹਾਂ ਸੀ ਕਿ ਜਾਂ ਇਹ ਬਾਅਦ ਵਿੱਚ ਇਸ ਤਰ੍ਹਾਂ ਹੋਇਆ? ਇਹ ਜਿੱਦਾਂ ਕੋਈ ਚਾਹੇ ਹਵਾ ਪੈ ਗਈ ਆ, ਇਹ ਨਹੀਂ ਸਾਨੂੰ ਹੁਣ ਪਤਾ, 1.5 ਸਾਲ ਦਾ, ਸਾਲ ਕਦਾ ਆਇਆ ਉਦੋਂ ਦਿਖਾਉਣ ਲੱਗੇ, ਉਸ ਤੋਂ ਬਾਅਦ ਅਸੀਂ ਮੁਸ਼ਕਲ ਅਸੀਂ ਤੁਰਦਾ ਕਿਉਂ ਨਹੀਂ, ਬੱਚੇ ਦੇ 1 ਸਾਲ ਦਾ ਹੋ ਕੇ ਤੁਰ ਪੈਂਦੇ ਆ, ਅਤੇ ਅਸੀਂ ਮਤਲਬ 1.5 ਸਾਲ ਬਾਅਦ ਮੇਰੇ ਖਿਆਲ ਨਾਲ ਗਏ ਹੋਣੇ ਆ, 1.5 ਸਾਲ ਬਾਅਦ ਗਏ, ਫਿਰ ਡਾਕਟਰ ਨੂੰ ਦਿਖਾਇਆ ਵੀ ਬੱਚਾ ਕਿਉਂ ਨਹੀਂ ਤੁਰਦਾ, ਅਸੀਂ ਕਿਹਾ ਚਲੋ ਕਮਜ਼ੋਰੀ ਹੋਊਗੀ, ਅਸੀਂ ਕਿਹਾ ਦੱਸੋ ਕੋਈ ਪੋਲੀਆ ਨਹੀਂ ਆ, ਕਹਿੰਦੇ ਨਹੀਂ ਪੋਲੀਆ ਨਹੀਂ ਆ, ਸਾਰੇ ਟੀਕੇ ਵੀ ਲਵਾਏ ਹੋਏ ਆ, ਕਹਿੰਦੇ ਪੋਲੀਆ ਨਹੀਂ ਹੈਗਾ, ਇਹਦੀ ਨਾੜ ਬਲੋਕ ਹੋ ਗਈ ਦਿਮਾਗ। ਦੱਸੋ ਵੀ ਕਿੱਥੇ ਕਿੱਥੇ ਇਲਾਜ ਕਰਾ ਚੁੱਕੇ ਹੁਣ ਤੱਕ, ਕਿੰਨੇ ਕੁ ਪੈਸੇ ਲੱਗ ਚੁੱਕੇ ਨੇ, ਅਤੇ ਕਿਹੜਾ ਕਿਹੜਾ ਘਰ ਦਾ ਸਮਾਨ ਵੇਚਦਾ ਪੁੱਤਰ ਦੇ ਇਲਾਜ ਵਾਸਤੇ? ਫਰਿੱਜ ਵੇਚੀ, ਅਲਮਾਰੀ ਵੇਚੀ, ਸਿਲੰਡਰ ਵੇਚੇ 3-4, ਆਵਾਜ਼ ਫਿਰ ਹੁਣ ਹੌਲੀ ਹੌਲੀ ਚਲੋ 2 ਕੁ ਬਣਾਏ ਸਿਲੰਡਰ, ਵੀ ਚਾਹ ਚਾਹ ਦਾ ਕੰਮ ਆ, ਫਿਰ ਕਿਸੇ ਦਾ ਸਿਲੰਡਰ ਮੰਗਦੇ ਚੰਗੇ ਲੱਗਦੇ ਆ, ਅੱਜ ਕੱਲ੍ਹ ਤੁਹਾਨੂੰ ਪਤਾ ਕੋਈ ਵਿਸ਼ਵਾਸ ਇਤਬਾਰ ਨਹੀਂ ਕਰਦਾ ਅਗਲੇ, ਕਹਿਣਾ ਲੈ ਪਤਾ ਨਹੀਂ ਅਮਲੀ ਸ਼ਮਲੀ ਨਾ ਹੋਵੇ, ਵੇਚ ਨਾ ਦੇਵੇ ਕਦੇ, ਅਤੇ ਤਾਂ ਹੀ ਉਹ ਆਪਣੀ ਚੀਜ਼ ਬਣਾਈ, ਭਾਵੇਂ ਕਰਜ਼ਾ ਚੁੱਕ ਕੇ ਬਣਾਈ ਆ, ਵਿਆਜੀ ਪੈਸੇ ਫੜੇ ਆ, ਮਤਲਬ 800 ਰੁਪਇਆ ਰੋਜ਼ ਮੈਂ ਉਹ ਹੀ, ਜੇ 1200-1300 ਰੁਪਇਆ ਵੜਦਾ 800 ਰੁਪਇਆ ਉਹ ਲੈ ਜਾਂਦੇ ਆ। ਸੋ ਰਾਜੂ ਜੀ, ਕਦੀ ਆਪਣੇ ਆਪ 'ਤੇ ਵੀ ਰੋਣਾ ਆਉਂਦਾ, ਆਪਣੀ ਕਿਸਮਤ 'ਤੇ ਵੀ, ਵੀ ਪਰਮਾਤਮਾ ਨੇ ਕਿਹੜੇ ਜਿਹੜੇ ਸਾਡੇ ਕਰਮਾਂ ਦਾ ਫਲ ਦਿੱਤਾ ਵਾ, ਜੇਕਰ ਔਲਾਦ ਦਿੱਤੀ ਆ ਤਾਂ ਉਹ ਵੀ ਵਾਪਸ ਬੁਲਾ ਲਈ ਆ, ਜੇਕਰ ਇੱਕ ਪੁੱਤਰ ਦਿੱਤਾ ਤਾਂ ਉਹ ਵੀ ਬਿਮਾਰ ਦਿੱਤਾ, ਕੀ ਲੱਗਦਾ ਵੀ ਆਪਣੇ ਕਰਮਾਂ 'ਤੇ ਜਿਹੜਾ ਕਿ ਆਪਣੇ ਆਪ ਨੂੰ ਲੱਗਦਾ ਦੁੱਖ ਲੱਗਦਾ ਵੀ ਕਿਹੜੇ ਕਰਮਾਂ ਦਾ ਫਲ ਸਾਨੂੰ ਮਿਲ ਰਿਹਾ? ਅਸੀਂ ਸੋਚਦੇ ਹਾਂ ਅਸੀਂ ਕਿਹੜਾ ਪਾਪ ਕੀਤਾ, ਅਸੀਂ ਆਪ ਜਾ ਕੇ ਉੱਥੇ ਅਰਦਾਸਾਂ ਕਰਦੇ ਹਾਂ, ਮਹਾਰਾਜ ਕੀ ਗੱਲ ਹੈ, ਸਾਡੇ ਕੋਲ ਕਿਹੜੀ ਭੁੱਲਣਾ ਹੋ ਗਈ ਹੈ, ਸਾਨੂੰ ਭੁੱਲ ਬਖਸ਼ੋ ਕੋਈ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਇਹ ਤਸਵੀਰਾਂ ਨੇ ਇਸ ਪਰਿਵਾਰ ਦੀਆਂ, ਜਿਨ੍ਹਾਂ ਦੇ ਪੁੱਤਰ ਜਿਹੜਾ ਕਿ 6 ਸਾਲ ਦਾ ਹੋ ਚੁੱਕਿਆ ਪਰ ਅਜੇ ਤੱਕ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦਾ, ਤੁਸੀਂ ਸਰੀਰ ਦੇਖ ਸਕਦੇ ਹੋ, ਹਾਲਾਤ ਦੇਖ ਸਕਦੇ ਹੋ,
ਇਸ ਦਾ ਨਾਂ ਜੈਵੀਰ ਹੈ ਬੱਚੇ ਦਾ ਨਾਂ, ਅਤੇ ਇਸ ਦਾ ਜਿਹੜਾ ਪਿਤਾ ਰਾਜੂ ਉਹ ਚਾਹ ਦਾ ਕੰਮ ਕਰਦਾ, ਚਾਹ ਦੀ ਰੇਹੜੀ ਲਗਾ ਕੇ ਪਰਿਵਾਰ ਦਾ ਪੇਟ ਪਾਲਦਾ। ਅਤੇ ਮੈਨੂੰ ਦੱਸੋ ਰਾਜੂ, ਫਿਰ ਚਾਹ ਦੀ ਰੇਹੜੀ ਤੋਂ ਕਿੰਨਾ ਕੁ ਪੈਸੇ ਬਣ ਜਾਂਦੇ ਨੇ, ਜਿੰਨਾ ਪਰਿਵਾਰ ਦਾ ਗੁਜ਼ਾਰਾ ਵੀ ਕਰਨਾ ਹੁੰਦਾ ਅਤੇ ਇਹਦਾ ਇਲਾਜ ਵੀ ਬੱਚੇ ਦਾ ਕਰਾਉਣਾ ਹੁੰਦਾ? ਸਾਰਾ ਸੇਲ ਹੈਗੀ ਹੈ 1200 ਰੁਪਈਆ, ਉਹਦੇ ਵਿੱਚ ਹੀ ਆਪਣਾ ਲੈਣ ਦੇਣ ਕਰਦਾ, ਘਰ ਦਾ ਗੁਜ਼ਾਰਾ ਕਰਦਾ। ਸਵੇਰੇ ਤੁਹਾਨੂੰ ਪਤਾ 500-600 ਰੁਪਈਆ ਜਾ ਕੇ, 500 ਲਾਉਣਾ ਪਹਿਲਾਂ, ਥੋੜ੍ਹਾ ਥੋੜ੍ਹਾ ਆਪਣਾ ਸਮਾਨ ਲਿਆ ਕੇ ਗੁਜ਼ਾਰਾ ਕਰਨਾ। ਅਤੇ ਮੈਨੂੰ ਦੱਸੋ ਵੀ ਡਾਕਟਰ ਕੀ ਦੱਸਦੇ ਨੇ ਵੀ ਇਹ ਠੀਕ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿੰਨਾ ਕੁ ਪੈਸਾ ਹੋਰ ਲੱਗਣਾ ਵਾ, ਕੋਈ ਡਾਕਟਰ ਦੱਸਿਆ ਇਹਦੇ ਬਾਰੇ? ਡਾਕਟਰ ਕਹਿੰਦੇ ਜੀ ਤੁਸੀਂ ਇੰਨੇ ਪੈਸੇ ਲਾ ਨਹੀਂ ਸਕਦੇ ਜਿੰਨੇ ਲੱਗਣੇ ਇੱਥੇ, ਤਾਂ ਹੀ ਉਦੋਂ ਦੇ ਠੰਡੇ ਪੈ ਗਏ। ਮੈਂ ਕਿਹਾ ਵੀ ਅਸੀਂ ਕਿੱਥੋਂ ਇੰਨੇ ਪੈਸੇ ਲਿਆਵਾਂਗੇ? ਆਹ ਪਹਿਲੇ ਬੱਚੇ ਦੇ ਅਸੀਂ ਜਿਹੜਾ ਭਰਾ ਨੇ ਹਿੱਸਾ ਹੁੱਸਾ ਦਿੱਤਾ, ਮਕਾਨ ਸਾਡਾ ਵੇਖ ਚੁੱਕਿਆ ਵਾ, ਉਹਦੇ ਵਿੱਚੋਂ ਜਿਹੜਾ ਹਿੱਸਾ ਦਿੱਤਾ ਸੀ 3.5 ਲੱਖ ਰੁਪਈਆ ਦਿੱਤਾ ਸੀ, ਉਹ ਵੀ ਉਹ ਬੱਚੇ ਦੇ ਲੱਗ ਗਿਆ। 7 ਲੱਖ ਰੁਪਈਆ ਉੱਤੇ ਲਾਇਆ ਹੈ, ਜਿਹੜਾ 6 ਸਾਲ ਦਾ ਹੋ ਗਿਆ, ਪੂਰਾ ਹੋ ਗਿਆ। ਲਵਪ੍ਰੀਤ ਸਿੰਘ ਰਾਜੂ, ਕਦੀ ਰੱਬ ਨਾਲ ਵੀ ਨਾਰਾਜ਼ੀ ਹੁੰਦੀ ਆ ਵੀ ਜੇਕਰ ਰੱਬ ਨੇ ਬੱਚੇ ਦਿੱਤੇ ਸੀ, ਪੁੱਤਰ ਦਿੱਤੇ ਸੀ, ਅਤੇ ਉਹ ਵੀ ਵਾਪਸ ਬੁਲਾ ਲਏ, ਕਦੀ ਮਨ 'ਚ ਨਾਰਾਜ਼ੀ ਹੁੰਦੀ ਆ? ਪਰ ਜੇਕਰ ਚੌਥਾ ਪੁੱਤਰ ਦਿੱਤਾ ਅਤੇ ਉਹ ਵੀ ਚੰਗੀ ਤਰ੍ਹਾਂ ਠੀਕ ਨਹੀਂ ਆ, ਬੁਢਾਪੇ ਦਾ ਸਹਾਰਾ ਕੀ ਬਣੂਗਾ ਕਿ ਸੋਚਿਆ ਵੀ ਬੁੱਢੇ ਹੋ ਜਾਣਾ ਗਾ, ਬਜ਼ੁਰਗ ਬਣ ਜਾਣਾ, ਅਤੇ ਸਾਡੀ ਇਲਾਜ ਜਿਹੜੀ ਆ ਕਿਸ ਤਰ੍ਹਾਂ ਦੀ ਹੋਊਗੀ, ਬੁੱਢੇ ਉਮਰੇ ਸਾਨੂੰ ਪਾਣੀ ਕੌਣ ਪਿਆਊਗਾ, ਸਾਡੀ ਦੇਖਭਾਲ ਕੌਣ ਕਰੂਗਾ? ਹਾਂਜੀ, ਕਿਸੇ ਵੇਲੇ ਤਾਂ ਇਹੀ ਸੋਚਦੇ ਹਾਂ ਵੀ ਬੁੱਢੇ ਬਾਰੇ ਸਾਨੂੰ ਕੌਣ ਸਾਂਭੂਗਾ। ਹੁਣ ਗੁੱਡੀਆਂ ਵਾ, ਗੁੱਡੀਆਂ ਨੇ ਆਪਣੇ ਘਰ ਚਲ ਜਾਣਾ ਵਾ, ਕੱਲ੍ਹ ਨੂੰ ਜਵਾਈ ਭਾਈ ਕੀ ਉਹਦਾ ਕਿਹੋ ਜਿਹਾ ਮਿਲਣਾ, ਉਹਨੇ ਆਉਣ ਦੇਣਾ ਕਿ ਨਹੀਂ ਆਉਣ ਦੇਣਾ ਕੁੜੀ ਨੂੰ, ਤਾਂ ਅਸੀਂ ਇਹੋ ਸੋਚਦੇ ਹਾਂ। ਹੁਣ ਚਲੋ ਇਹ ਵੀ ਵਿਚਾਰੀ ਮਾਂ ਵੀ ਮਰ ਗਈ ਆ, ਚਲੋ ਨਹੀਂ ਰਿਸ਼ਤੇਦਾਰ ਨਹੀਂ ਮਿਲਦੇ ਗਿਲਦੇ, ਆਪਣਾ ਚਲੋ ਆਪਣੇ ਘਰ ਸਹਿਮਤੀ ਨਾਲ ਰਹੀਦਾ ਵਾ। ਅੱਗੇ ਕੀ ਲੱਗਦਾ ਰਾਜੂ, ਕਿਤੇ ਕਰਮਾਂ ਦਾ ਵੀ ਜਿਹੜਾ ਫਲ ਹੈ ਕੀਤਾ ਪਰਮਾਤਮਾ ਨੇ, ਕਿਹੜੇ ਅਸੀਂ ਕਰਮ ਐਸੇ ਕਰਤੇ ਨੇ ਜਿਹੜੇ ਸਾਨੂੰ ਇੱਥੇ ਜਿਹੜਾ ਭੁਗਤਣੇ ਪੈ ਜਾਂਦੇ? ਕੀ ਲੱਗਦਾ ਇਹ ਵੀ ਗੱਲ ਸੱਚ ਹੁੰਦੀ? ਸਰ ਜੀ, ਹੁਣ ਤਾਂ ਸਾਨੂੰ ਪਤਾ ਨਹੀਂ ਕਿਹੜੀ ਸਾਡੇ ਕੋਲ ਗਲਤੀ ਹੋਈ ਆ। ਹੁਣ ਅਸੀਂ ਤਾਂ ਬਾਬਿਆਂ ਬੂਬਿਆਂ ਦੇ ਵੀ ਨਹੀਂ ਜਾਂਦੇ ਵੀ ਜੋ ਕਿ ਸਿਆਣੇ ਕੋਲ ਜਾ ਕੇ ਪੁੱਛਿਆ ਹੀ ਵੀ ਸਾਡੇ ਕੋਲ ਕਿਹੜੀ ਗਲਤੀ ਹੋਈ ਆ। ਅਸੀਂ ਤਾਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਰਹੇ ਹਾਂ, ਬਾਬਾ ਦੀਪ ਸਿੰਘ ਦੇ ਚਰਨਾਂ 'ਚ ਜਾਂਦੇ ਰਹੇ ਹਾਂ, ਅਤੇ ਚਲੋ ਦਰਬਾਰ ਸਾਹਿਬ ਜਾਂਦੇ ਰਹੇ ਹਾਂ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਪਰਿਵਾਰ ਦੇ। ਜੇਕਰ ਪਰਮਾਤਮਾ ਨੇ ਬੜਾ ਬੇਅੰਤ ਆ, ਅਸੀਂ ਦੇਖਿਆ ਵੀ ਕਈ ਧੀਆਂ ਪੁੱਤਰਾਂ ਨੂੰ ਤਰਸਦੇ ਨੇ, ਖਾਸ ਕਰਕੇ ਪੁੱਤਰਾਂ ਨੂੰ ਦੱਸਦੇ ਨੇ, ਥਾਂ ਥਾਂ 'ਤੇ ਨੱਕ ਗੁੱਡੇ ਰਗੜਦੇ ਨੇ, ਮੱਥੇ ਰਗੜਦੇ ਨੇ ਵੀ ਸੱਚੇ ਪਾਤਸ਼ਾਹ ਸਾਨੂੰ ਪੁੱਤਰ ਝੋਲੀ ਪਾ। ਪਰ ਤੁਹਾਨੂੰ ਅੱਜ ਪਰਿਵਾਰ ਦਿਖਾਇਆ ਕਿਸ ਤਰ੍ਹਾਂ ਦਾ, ਜਿਹਨਾਂ ਕਿ 3 ਪੁੱਤਰ ਦਿੱਤੇ ਪਰਮਾਤਮਾ ਨੇ, 3 ਵਾਪਸ ਬੁਲਾ ਲਏ, ਅਤੇ ਜੇਕਰ ਚੌਥਾ ਪੁੱਤਰ ਦਿੱਤਾ ਤਾਂ ਉਹ ਵੀ ਜਿਹੜਾ ਬਿਮਾਰ ਦਿੱਤਾ। ਪਰਮਾਤਮਾ ਗਾੜੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ, ਜਿਹਨੂੰ ਵੀ ਔਲਾਦ ਦਿੰਦਾ ਉਸਦੀ ਲੰਬੀ ਉਮਰ ਦਿਆ ਕਰ ਮੇਰੇ ਪਾਤਸ਼ਾਹ, ਕਿਸੇ ਨੂੰ ਵੀ ਦੁੱਖ ਤਕਲੀਫ ਨਾ ਦਿਆ ਕਰ, ਕਿਉਂਕਿ ਪੁੱਤਰ ਦਾ ਜਿਹੜਾ ਵਿਛੋੜਾ ਵਾ ਉਹ ਨਹੀਂ ਜਾਇਆ ਜਾਂਦਾ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਪਰਿਵਾਰ ਜਿਹੜਾ 3 ਪੁੱਤਰਾਂ ਜਿਹੜਾ ਵਿਛੋੜਾ ਇਹਨਾਂ ਨੇ ਜਰਿਆ, ਚੌਥਾ ਪੁੱਤਰ ਫਿਰ ਦਿੱਤਾ, ਸੋਚਿਆ ਸੀ ਬੁਢਾਪੇ ਦਾ ਸਹਾਰਾ ਬਣੂਗਾ, ਭੈਣ ਦਾ ਭਰਾ ਬਣੂਗਾ, ਪਰ ਕੀ ਪਤਾ ਸੀ ਵੀ ਉਸਨੂੰ ਵੀ ਇੱਕ ਭਿਆਨਕ ਬਿਮਾਰੀ ਲੱਗ ਜਾਵੇਗੀ ਜਿਹੜਾ ਕਿ ਮੰਜੇ 'ਤੇ ਪੈ ਜਾਵੇਗਾ। ਤੁਸੀਂ ਦੇਖ ਸਕਦੇ ਹੋ 6 ਸਾਲ ਦਾ ਹੋ ਚੁੱਕਿਆ, ਜੈਵੀਰ ਨਾਂ ਹੈ ਇਸਦਾ, ਪਰ ਅੱਜ ਵੀ ਕਿਤੇ ਕਿਤੇ ਜਿਹੜਾ ਚੱਲਣ ਫਿਰਨ ਵਾਸਤੇ ਅਸਮਰਥ ਆ। ਗੱਲਬਾਤ ਜ਼ਰੂਰ ਕਰਾਂਗੇ ਜੈਵੀਰ ਦੇ ਨਾਲ ਵੀ। ਜੈਵੀਰ ਜੀ, ਠੀਕ ਠਾਕ ਜੇ, ਦਵਾਈ ਖਾਂਦੇ ਜੇ? ਖਾਂਦੇ ਆ। ਤੇ ਕਿੱਥੇ ਦਰਦ ਕਿੱਥੇ ਹੁੰਦੀ ਆ? ਢਿੱਡ ਤੇ। ਢਿੱਡ 'ਚ ਹੁੰਦੀ ਆ। ਜਦੋਂ ਦਰਦ ਹੁੰਦੀ ਫਿਰ ਕਿੰਨਾ ਕੁ ਤੜਫਦੇ ਹੋ? ਜ਼ਿਆਦਾ। ਤੇ ਜੈਵੀਰ ਸਕੂਲ ਜਾਣਾ, ਜੀ ਕਰਦਾ ਸਕੂਲ ਜਾਣ ਨੂੰ? ਹਾਂ ਜਾਣਾ। ਤੇ ਜੈਵੀਰ ਕਿ ਰੱਬ ਨੂੰ ਕਿਹਾ ਵੀ ਬਾਬਾ ਜੀ ਮੈਨੂੰ ਠੀਕ ਕਰੋ ਜਲਦੀ ਜਲਦੀ? ਬਾਬਾ ਜੀ ਨੂੰ ਕਿਹਾ ਠੀਕ ਕਰੋ? ਕਿਹਾ ਬਾਬਾ ਜੀ ਨੂੰ? ਆਹੋ, ਕਹਿ ਜਲਦੀ ਕਰਾ ਦੋ, ਜਲਦੀ ਕਰਾ ਦੋ, ਕਹਿੰਦਾ ਠੀਕ ਹੋ ਜੂ, ਠੀਕ ਹੋ ਜੂਗਾ।
ਬਿਲਕੁਲ ਤੁਸੀਂ ਦੇਖ ਸਕਦੇ ਹੋ ਬੱਚਾ ਜਿਹੜਾ ਜੈਵੀਰ ਬਿਲਕੁਲ ਬੋਲਦਾ ਸਹੀ ਆ ਪਰ ਸਿਰਫ ਚੱਲ ਫਿਰ ਨਹੀਂ ਸਕਦਾ। ਤੁਸੀਂ ਦੇਖ ਸਕਦੇ ਹੋ ਬਿਲਕੁਲ ਉਹਦੇ ਜਿਹੜੇ ਲੱਤਾਂ ਬਾਹਾਂ ਬਿਲਕੁਲ ਨਹੀਂ ਕੰਮ ਕਰਦੀਆਂ, ਪਰ ਉਸ ਮਾਂ 'ਤੇ ਕੀ ਬੀਤਦੀ ਹੋਊਗੀ। ਉਸ ਮਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਹਰ ਟਾਈਮ ਜਿਹੜੀ ਆਪਣੇ ਬੱਚੇ ਨੂੰ ਕੋਲ ਰੱਖਦੀ ਆ, ਹਰ ਟਾਈਮ ਉਹਦਾ ਬੱਚਾ ਉਹਦੀ ਅੱਖਾਂ ਦੇ ਸਾਹਮਣੇ ਰਹਿੰਦਾ ਵਾ। ਹਾਂਜੀ ਭੈਣ ਜੀ, ਕੀ ਨਾਮ ਤੁਹਾਡਾ? ਅਤੇ ਜੈਵੀਰ ਹਰ ਤੁਹਾਡੇ ਅੱਖਾਂ ਸਾਹਮਣੇ ਰਹਿੰਦਾ ਵਾ, ਕਿੰਨਾ ਕੁ ਦੁੱਖ ਲੱਗਦਾ ਉਸ ਮਾਂ ਵਾਸਤੇ? ਬੜਾ ਦੁੱਖ ਦੀ ਗੱਲ ਹੈ, ਕੀ ਕਹਿਣਾ ਚਾਹੋਗੇ? ਵਾਧੂ ਦੁੱਖ ਲੱਗਦਾ ਕਿ ਕਿੰਨਾ ਹੀ ਲੱਗਦਾ, ਬਹੁਤ ਦਰਦ ਹੁੰਦੀ ਜਦੋਂ ਰੋਣ ਦਾ ਮੈਨੂੰ ਆਪ ਰੋਣ ਆ ਜਾਂਦਾ ਕਈ ਵੇਲੇ, ਬੜਾ ਹੁੰਦਾ। ਭੈਣ ਪਹਿਲੇ ਪੁੱਤਰਾਂ ਦੀ ਕਿੰਨੀ ਕੁ ਯਾਦ ਆਉਂਦੀ ਆ, ਜੇਕਰ ਉਹ ਪਰਮਾਤਮਾ ਨੇ ਜੇ ਨਾ ਖੋਏ ਹੁੰਦੇ, ਅੱਜ ਚੰਗੇ ਪਲੇ ਹੁੰਦੇ ਤੇ ਤੁਹਾਡੇ ਨਾਲ ਸਹਾਰਾ ਬਣਨਾ ਸੀ, ਕਿੰਨੀ ਕੁ ਯਾਦ ਆਉਂਦੀ ਪੁੱਤਰਾਂ ਦੀ? ਯਾਦ ਤੇ ਵਾਧੂ ਹੁੰਦੀ। ਅਤੇ ਜੈਵੀਰ ਜੀ, ਖਾਸ ਕਰਕੇ ਰਾਜੂ ਜੀ ਮੈਨੂੰ ਦੱਸੋ, ਜਦੋਂ ਕਿਤੇ ਤੁਸੀਂ ਕੰਮ ਕਾਰ ਤੋਂ ਬਾਹਰੋਂ ਥੱਕੇ ਹੋਏ ਘਰੇ ਆਉਂਦੇ ਹੋ ਅਤੇ ਘਰੇ ਆ ਕੇ ਫਿਰ ਜੋ ਦੇਖਦੇ ਵੀ ਜੈਵੀਰ ਮੰਜੇ ਇਸੇ ਤਰ੍ਹਾਂ ਹਾਲਾਤ 'ਚ ਪਿਆ ਵਾ, ਫਿਰ ਮਨ ਨੂੰ ਦੁੱਖ ਕਿੰਨਾ ਕੁ ਲੱਗਦਾ ਵੀ ਇਹ ਕਦੋਂ ਉੱਠ ਕੇ ਆਪਣੇ ਪੈਰਾਂ 'ਚ ਚੱਲੇਗਾ, ਕਦੋਂ ਮੈਨੂੰ ਅੱਗ ਜੱਫੀ ਪਾ ਕੇ ਮਿਲੇਗਾ? ਹਾਂਜੀ, ਦੁੱਖ ਤਾਂ ਬਹੁਤ ਲੱਗਦਾ ਸਰ। ਹਾਂਜੀ, ਤਾਂ ਵੇਖ ਲਓ ਕੋਈ ਨਸ਼ਾ ਪੱਤਾ ਵੀ ਨਹੀਂ ਲਾਇਆ, ਬੱਚਿਆਂ ਦਾ ਸਹਾਰਾ ਵਾ, ਅਸੀਂ ਕਿਹਾ ਚਲੋ ਠੀਕ ਹੋ ਜਾਵੇ ਅਤੇ ਇਹੋ ਸਹਾਰਾ ਸਾਡਾ। ਜਿਹੜੀ ਚੀਜ਼ ਲਿਆਉਣੀ ਆ ਘਰ ਲਿਆ ਕੇ ਖਵਾਉਣੀ, ਇਹਨਾਂ ਨੂੰ ਆਪ ਖਾਣੀ ਨਾਲ, ਇਹਨਾਂ ਦੇ ਕੋਈ ਵੀ ਦਹੀਂ ਲਿਆਂਦਾ, ਫਲ ਫਰੂਟ ਲਿਆਂਦਾ, ਜੂਸ ਲਿਆਂਦਾ ਨਾਲ ਇਹਨਾਂ ਨੂੰ ਪਿਆਉਣਾ, ਰਸਤੇ 'ਚ ਕੋਈ ਚੀਜ਼ ਨਹੀਂ ਆਪ ਖਾਣੀ, ਵੀ ਚਲੋ ਕਿਸੇ ਤਰ੍ਹਾਂ ਠੀਕ ਹੋ ਜਾਵੇ ਸਾਡਾ ਬੱਚਾ। ਗੱਲ ਕਰੀਏ ਰਾਜੂ ਜੀ, ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋ? ਜਿਹੜੇ ਦਰਸ਼ਕ ਤੁਹਾਨੂੰ ਦੇਸ਼ਾਂ ਵਿਦੇਸ਼ਾਂ 'ਚ ਦੇਖ ਰਹੇ ਨੇ, ਕੀ ਆਪਣੇ ਵੱਲੋਂ ਬੇਨਤੀ ਕਰਨਾ ਚਾਹੋਗੇ ਜੀ? ਬੇਨਤੀ ਚਾਹਾਂਗੇ ਸਾਡੀ ਮਦਦ ਕੀਤੀ ਜਾਵੇ, ਸਾਡਾ ਬੱਚਾ ਠੀਕ ਹੋ ਜਾਵੇ। ਹਾਂਜੀ ਰਾਜੂ ਜੀ, ਬੜਾ ਮੋਬਾਈਲ ਨੰਬਰ ਐਡਰੈਸ ਤੁਸੀਂ ਦੱਸ ਦਿਓ। 77-10-77-4456, 77-10-77-4456। ਐਡਰੈਸ ਸੁਲਤਾਨਵਿੰਡ ਪਿੰਡ ਲਿੰਕ ਰੋਡ ਦੇ ਸਾਹਮਣੇ, ਚਾਚੇ ਛਿੱਬੇ ਦੀ ਗਲੀ, ਪੱਪਿਆਂ ਦਾ ਮਕਾਨ। ਅਤੇ ਮੈਨੂੰ ਇਸ ਰਾਜੂ ਜੀ, ਅਸੀਂ ਦੇਖਿਆ ਵੀ ਜਿਹੜੇ ਇਸ ਮਕਾਨ ਵਿੱਚ ਬੈਠੇ ਹਾਂ, ਇਹ ਜਿਹੜੀ ਮਕਾਨ ਜਿਹੜੀ ਛੱਤ ਆ, ਇਹ ਆਪਣੀ ਹੈ ਕਿ ਜਾਂ ਕਿਰਾਏ 'ਤੇ ਤੁਸੀਂ? ਕਿਰਾਏ ਦੀ ਜੀ, ਕਿਰਾਏ 'ਤੇ ਰਹਿੰਦੇ ਜੀ। ਕਿੰਨਾ ਕਿਰਾਇਆ? ਕਿਰਾਇਆ 2500 ਰੁਪਇਆ ਦਿੰਦੇ। ਹਾਂਜੀ, ਧੁੱਪ ਬਹੁਤ ਆਉਂਦੀ ਹੈ, ਅਸੀਂ ਤਾਂ ਬੱਚਾ ਅੱਗੇ ਸਾਡਾ ਠੀਕ ਨਹੀਂ ਆ, ਅਸੀਂ ਸੋਚਣੇ ਕਿਤੇ ਥੱਲੇ ਚਲੋ ਮਿਲੇ ਤਾਂ ਉੱਥੇ ਲਈਏ, ਕਦੇ ਉੱਪਰ ਬਹੁਤ ਧੁੱਪ ਪੈਂਦੀ। ਮੈਨੂੰ ਇਸ ਰਾਜੂ ਜੀ, ਜਦੋਂ ਬੱਚਾ ਕਿਤੇ ਤੜਫਦਾ ਵਾ ਜਾਂ ਜਦੋਂ ਦਰਦ ਦੇ ਨਾਲ, ਉਦੋਂ ਤੁਸੀਂ ਕੰਮ 'ਤੇ ਹੁੰਦੇ ਹੋ, ਉਦੋਂ ਫਿਰ ਜਦੋਂ ਘਰ ਫੋਨ ਆਉਂਦਾ ਵੀ ਤੁਸੀਂ ਜਲਦੀ ਵਾਪਸ ਆ ਜਾਓ, ਜੈਵੀ ਤੜਫ ਰਿਹਾ ਵਾ, ਉਦੋਂ ਫਿਰ ਤੁਹਾਡੇ 'ਤੇ ਕੀ ਬੀਤਦੀ ਆ, ਕੀ ਕਹਿਣਾ ਚਾਹੋਗੇ? ਬਹੁਤ ਰੋਣਾ ਆਉਂਦਾ, ਚਾਹੇ ਤਾਂ ਵੀ ਮਹਾਰਾਜ ਪੜਦਾ ਹੀ ਪਾ ਦੇ, ਜਿੱਥੇ ਉਹ ਪੁੱਤ ਗਏ ਆ ਤਾਂ ਫਿਰ ਇੱਥੇ ਪੜਦਾ ਪਾ ਦੇ, ਅਸੀਂ ਤਾਂ ਬਹੁਤ ਪਰੇਸ਼ਾਨ ਹਾਂ, ਘਰ ਦਾ ਖਰਚਾ ਨਹੀਂ ਚਲਾ ਸਕਦੇ, ਦਾਰੂ ਦਵਾਈ ਕਿੱਦਾਂ ਕਰਾਵਾਂਗੇ? ਬਹੁਤ ਬਹੁਤ ਧੰਨਵਾਦ ਜੀ। ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਤਾਂ ਜੋ ਕਿ ਜਿਹੜਾ ਜੈਵੀਰ ਆ ਆਪਣੇ ਪੈਰਾਂ 'ਤੇ ਖੜ੍ਹ ਸਕੇ ਅਤੇ ਇੱਕ ਵਾਰੀ ਫਿਰ ਤੋਂ ਰਾਜੂ ਦਾ ਜਿਹੜਾ ਸਹਾਰਾ ਬਣ ਸਕੇ, ਕਿਉਂਕਿ ਧੀਆਂ ਪੁੱਤਾਂ ਜਿਹੜੀ ਮਾਰ ਆ ਬੰਦਾ ਨਹੀਂ ਜਰ ਸਕਦਾ, ਜਿੰਨੀ ਮਰਜ਼ੀ ਗਰੀਬੀ ਜਰ ਲੂਗਾ ਪਰ ਜਦੋਂ ਧੀਆਂ ਪੁੱਤਾਂ ਦੀ ਮਾਰ ਵੱਜਦੀ ਆ ਤਾਂ ਚੰਗਾ ਭਲਾ ਜਿਹੜਾ ਬੰਦਾ ਉਹ ਵੀ ਜਿਹੜਾ ਡੋਲ ਜਾਂਦਾ ਵਾ। ਸਾਡੀ ਦਰਸ਼ਕਾਂ ਨੂੰ ਅਪੀਲ ਆ ਜੈਵੀ ਦਾ ਜਿੰਨਾ ਵੀ ਇਲਾਜ ਹੋਊਗਾ ਉਸ ਦਾ ਜਿਹੜਾ ਇਲਾਜ ਕਰਾਇਆ ਜਾਵੇ, ਤਾਂ ਜੋ ਕਿ ਰਾਜੂ ਦਾ ਸੁਪਨਾ ਵੀ ਉਹਨਾਂ ਦਾ ਪੁੱਤਰ ਠੀਕ ਹੋ ਕੇ ਆਪਣੇ ਪੈਰਾਂ 'ਤੇ ਖੜ੍ਹ ਸਕੇ ਅਤੇ ਬੁਢਾਪੇ ਦਾ ਜਿਹੜਾ ਕਿ ਸਹਾਰਾ ਬਣੇ। ਸਾਡੀ ਦਰਸ਼ਕਾਂ ਨੂੰ ਅਪੀਲ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਪਰਮਾਤਮਾ ਦਾ ਨਾਮ ਜ਼ਰੂਰ ਲਿਆ ਕਰੋ। ਮੇਰੇ ਦਰਸ਼ਕਾਂ ਨੂੰ ਅਪੀਲ ਆ ਵੀ ਚੰਗੇ ਕਰਮ ਕਰਿਆ ਕਰੋ ਤਾਂ ਜੋ ਕਿ ਪਰਮਾਤਮਾ ਤੁਹਾਡੀ ਝੋਲੀ ਵਿੱਚ ਚੰਗੇ ਕਰਮਾਂ ਦਾ ਫਲ ਪਾਵੇ, ਨਾ ਕਿ ਮਾੜਿਆਂ ਦਾ, ਕਿਉਂਕਿ ਕਿਸੇ ਵੇਲੇ ਸਾਡੇ ਕੋਲ ਭੁੱਲ ਚੁੱਕ ਵਿੱਚ ਗਲਤੀਆਂ ਹੋ ਜਾਂਦੀਆਂ ਨੇ। ਅਸੀਂ ਪਰਮਾਤਮਾ ਕੋਲੋਂ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਵੀ ਸੱਚੇ ਪਾਤਸ਼ਾਹ ਜਿੱਥੇ ਕੋਈ ਮਾੜਾ ਕਰਮ ਕੀਤਾ ਵਾ ਸਾਡੇ 'ਤੇ ਕਿਰਪਾ ਕਰੀ, ਸਾਡੇ ਬਾਲ ਬੱਚਿਆਂ ਦੀ ਉਮਰ ਲੰਬੀ ਜ਼ਰੂਰ ਬਖਸ਼ੀ, ਕਿਉਂਕਿ ਜੇਕਰ ਰੱਬ ਧੀਆਂ ਪੁੱਤਰ ਦਿੰਦਾ ਤਾਂ ਉਹਨਾਂ ਦੀ ਉਮਰ ਜ਼ਰੂਰ ਲੰਬੀ ਬਖਸ਼ੇ।
ਉਹਨਾਂ ਦੀ ਸਿਹਤ ਜ਼ਰੂਰ ਚੰਗੀ ਬਖਸ਼ੇ, ਕਿਉਂਕਿ ਮਾਂ ਬਾਪ ਘਰ 'ਚ ਗਰੀਬੀ ਜ਼ਰੂਰ ਚੱਲੂਗਾ, ਪਰ ਧੀਆਂ ਪੁੱਤਰਾਂ ਦਾ ਦੁੱਖ ਨਹੀਂ ਜਰਿਆ ਜਾਂਦਾ। ਤੁਸੀਂ ਦੇਖ ਸਕਦੇ ਹੋ ਇਹ ਉਹ ਪਤੀ ਪਤਨੀ ਆ ਦੋਵੇਂ ਜਿਨ੍ਹਾਂ ਦੇ ਤਿੰਨ ਪੁੱਤਰਾਂ ਦੀ ਮੌਤ ਹੋ ਜਾਂਦੀ ਆ, ਅਤੇ ਉਸ ਤੋਂ ਬਾਅਦ ਚੌਥਾ ਪੁੱਤਰ ਹੁੰਦਾ ਅਤੇ ਪਰ ਉਹ ਵੀ ਜਿਹੜਾ ਬਿਮਾਰ ਆ। ਇਸ ਕਰਕੇ ਧੰਨੇ ਮਾਂ ਬਾਪ ਨੇ ਜਿਹੜਾ ਕਿ ਇੰਨਾ ਦਰਦ ਜਿਹੜਾ ਕਿ ਇੰਨਾ ਦੁੱਖ ਤਕਲੀਫ ਜਿਹੜੇ ਝੱਲ ਰਹੇ ਨੇ। ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਸੱਚੇ ਪਾਤਸ਼ਾਹ ਜਲਦ ਤੋਂ ਜਲਦ ਜਿਹੜਾ ਕਿ ਜੈਵੀਰ ਨੂੰ ਠੀਕ ਕੀਤਾ ਜਾਵੇ, ਤਾਂ ਜੋ ਕਿ ਜਿਹੜਾ ਜੈਵੀਰ ਆ ਆਪਣੇ ਪਰਿਵਾਰ ਦੇ ਨਾਲ ਹੱਸਦਾ ਖੇਡਦਾ ਵਾਪਸ ਆ ਸਕੇ ਅਤੇ ਮਾਂ ਬਾਪ ਦਾ ਜਿਹੜਾ ਕਿ ਬੁਢਾਪੇ ਦਾ ਸਹਾਰਾ ਬਣੇ। ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਕਿ ਜਿਹੜਾ ਰਾਜੂ ਦਾ ਜਿਹੜਾ ਦੁੱਖ ਆ ਉਹ ਵੰਡਾਇਆ ਜਾ ਸਕੇ, ਤਾਂ ਜੋ ਕਿ ਜਿਹੜਾ ਇਲਾਜ ਰਾਜੂ ਦਾ ਬੱਚੇ ਦਾ ਹੋ ਸਕੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ, ਪੰਜਾਬੀ ਲੋਕ ਚੈਨਲ ਅੰਮ੍ਰਿਤਸਰ।